ਪੰਜਾਬ ਦੇ ਨੌਜਵਾਨ ਨੂੰ ਬਚਾਉਣ ਦੀ ਗੱਲ ਕਰਨੀ ਜੇ ਭਾਰਤੀ ਜਨਤਾ ਪਾਰਟੀ ਦਾ ਵजूद ਨੂੰ ਬਚਾਉਣ ਦੀ ਗੱਲ ਕਰਨੀ ਜੇ ਇਹ ਨੂੰ ਕੋਈ ਖਿਲਾਫ ਸਮਝਦਾ ਤਾਂ ਬਹੁਤ ਉਹਦੀ ਆਪਦੀ ਖੁਸ਼ੀ ਹੈ ਅਸੀਂ ਜੋ ਕੁਝ ਕਰ ਰਹੇ ਹਾਂ ਭਾਰਤੀ ਜਨਤਾ ਪਾਰਟੀ ਦਾ ਵजूद ਬਧਾਉਣ ਦੇ ਲਈ ਕਰ ਰਹੇ ਹਾਂ ਸਾਡੇ ਉਹ ਕਮਜ਼ੋਰ ਲੀਡਰ ਉਹਨਾਂ ਦੇ ਬਾਰੇ ਐਸੀਆਂ ਫਰਮਾਂ ਉਡਾਉਂਦੇ ਰਹਿੰਦੇ ਐ ਕਿ ਇਹਨਾਂ ਨੇ ਪਾਰਟੀ ਛੱਡ ਕੇ ਚੱਲ ਜਾਣਾ ਜਿਹੜੇ ਲੋਕ ਜਿਹੜੇ ਅੱਜ ਗਨਮੈਨਾਂ ਦੇ ਚੱਕਰ ਦੇ ਵਿੱਚ ਆਪ ਦੀ ਸਿਕਿਉਰਿਟੀ ਲਾਈਨ ਦੇ ਚੱਕਰ ਦੇ ਵਿੱਚ ਤੇ ਜਿਹੜੇ ਪੁੱਠੀਆਂ ਸਿੱਧੀਆਂ ਸਲਾਹਾਂ ਪਾਰਟੀ ਨੂੰ ਦਿੰਦੇ ਆ ਉਹਨਾਂ ਨੂੰ ਜਰੂਰ ਸੋਚਣਾ ਚਾਹੀਦਾ ਭਾਤ ਨਗਰ ਚੌਂਕ 'ਚ ਉਹਨਾਂ ਨੂੰ ਇੱਕ ਪਾਸੇ ਖੜਾ ਲਓ ਇੱਕ ਪਾਸੇ ਸਾਨੂੰ ਖੜਾ ਲਓ ਗਨਮੈਨ ਨਾਲ ਨਾਲ ਲਾ ਦਿਓ ਤੇ ਫਿਰ ਦੇਖੋ ਵੀ ਸ਼ਾਮ ਤੱਕ ਸਾਨੂੰ ਕਿੰਨੇ ਬੰਦੇ ਹੱਥ ਮਾਰ ਕੇ ਜਾਂਦੇ ਤੇ ਉਹਨਾਂ ਨੂੰ ਕਿੰਨੇ ਮਾਰ ਕੇ ਜਾਂਦੇ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਚੋਣਾ ਦਾ ਬਿਗੁਲ ਕੁਝ ਹੀ ਮਹੀਨੇ ਵਿੱਚ ਵਜਣ ਵਾਲਾ ਵਿਧਾਨ ਸਭਾ 2022 ਦੇ ਚੋਣਾਂ ਸਿਰ ਤੇ ਨੇ ਜਿਸ ਨੂੰ ਲੈ ਕੇ ਹੁਣ ਅਲੱਗ-ਅਲੱਗ ਪਾਰਟੀਆਂ ਵੱਲੋਂ ਅਲੱਗ-ਅਲੱਗ ਮੁੱਦਿਆਂ ਤੇ ਆ ਕੇ ਚਾਹੇ ਕੋਈ ਗਰੋਥ ਹੈ ਡਿਵੈਲਪਮੈਂਟ ਹੈ ਜਾਂ ਕੋਈ ਆਨ ਵਾਲਾ ਮੈਨੀਫੈਸਟੋ ਹੈ ਉਹਨੂੰ ਲੈ ਕੇ ਇੱਕ ਆਪਣੇ ਵੱਲੋਂ ਪੱਖ ਰੱਖਿਆ ਜਾ ਰਿਹਾ ਹੈ ਤਾਂ ਕਿ ਪੰਜਾਬ ਦੇ ਵੋਟਰਾਂ ਨੂੰ ਲੁਭਾਇਆ ਜਾ ਸਕੇ ਸੋ ਇਸੇ ਮੁੱਦੇ ਤੇ ਅੱਜ ਗੱਲਬਾਤ ਕਰਦੇ ਆਂ ਲੁਧਿਆਣੇ ਤੋਂ ਕਿਸੇ ਵੀ ਪਛਾਣ ਦੇ ਮਹਤਾਜ ਨਹੀਂ ਤੇ ਭਾਜਪਾ ਦੇ ਸੀਨੀਅਰ ਲੀਡਰ ਕਮਲ ਚੇਟਲੀ ਨਮਸਕਾਰ ਜੀ ਨਮਸਕਾਰ ਜੀ ਸਮਰ ਟੀਵੀ ਦੇ ਸਾਰੇ ਸਰੋਤਿਆਂ ਨੂੰ ਮੇਰਾ ਪਿਆਰ ਭਰੀ ਨਮਸਕਾਰ ਸਤਿ ਸ੍ਰੀ ਅਕਾਲ ਕਮਲ ਜੀ ਗੱਲਬਾਤ ਕਰਦੇ ਆ ਤੁਸੀਂ ਲੰਬੇ ਸਮੇਂ ਤੋਂ ਬੀਜੇਪੀ ਦੇ ਨਾਲ ਜੁੜੇ ਹੋਏ ਹੋ ਤੇ ਬੀਜੇਪੀ ਦੇ ਸੀਨੀਅਰ ਨੇਤਾ ਹੋ ਤੁਸੀਂ ਬੀਜੇਪੀ ਦੀ ਪੰਜਾਬ ਦੇ ਵਿੱਚ ਜਿਹੜੀ ਰਾਜਨੀਤੀ ਆ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਇਸ ਤਰ੍ਹਾਂ ਅੱਜ ਪੰਜਾਬ ਦੇ ਜੋ ਹਾਲਾਤ ਨੇ ਪੰਜਾਬ ਦੇ ਵਿੱਚ ਆਪੋਜੀਸ਼ਨ ਪਾਰਟੀਆਂ ਨੇ ਜੋ ਹਾਲਾਤ ਬਣਾਤੇ ਨੇ ਉਹ ਬਹੁਤ ਹੀ ਦਰਬਾਗਿਆਪੂਰਨ ਹੈ ਅੱਜ ਸਾਡੇ ਪੰਜਾਬ ਦਾ ਸਾਰਾ ਵਰਗ ਦੁਖੀ ਹੈ ਚਾਹੇ ਉਹ ਇੰਡਸਟਰੀ ਦੇ ਲੋਕ ਹੋਣ ਅੱਜ ਦੇਖੋ ਦੋ ਦੋ ਦਿਨ ਦਾ ਕੱਟ ਲੱਗ ਰਿਹਾ ਹੈ ਪੰਜਾਬ ਸਰਕਾਰ ਤੋਂ ਬਹੁਤ ਦੁਖੀ ਨੇ ਇੰਡਸਟਰੀ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਔਰ ਚਾਹੇ ਪੰਜਾਬ ਦਾ ਨੌਜਵਾਨ ਹੈ ਜਿਨ੍ਹਾਂ ਨੂੰ ਕੈਪਟਨ ਸਾਹਿਬ ਨੇ 2017 ਚ ਵਾਅਦਾ ਕੀਤਾ ਸੀ ਵੀ ਕਰ-ਕਰ ਨੌਕਰੀ ਦੇਵਾਂਗੇ। ਉਹ ਨੌਕਰੀ ਕਰ-ਕਰ ਤਾਂ ਲੋਕਾਂ ਨੂੰ ਕੀ ਦੇਣੀ ਸੀ ਵੀ ਇਹਨਾਂ ਨੇ ਤਰਸ ਦੇ ਆਧਾਰ ਦੇ ਉੱਤੇ ਆਪ ਦੇ ਜਿਹੜੇ ਇਹਨਾਂ ਦੇ ਕਰੋੜਪਤੀ ਐਮਐਲਏ ਨੇ ਮਨਿਸਟਰ ਰਹੇ ਨੇ ਜਾਂ ਮਜੂਦਾ ਨੇ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਦੇਤੀਆਂ। ਜਿਹੜੀ ਕਿ ਮੈਂ ਸਮਝਦਾ ਪੰਜਾਬ ਨਾ ਬਹੁਤ ਵੱਡਾ ਤੋਕਾ ਹੋਇਆ। ਦੇਖੋ ਆ ਤੁਹਾਡੇ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਜੀ ਇੱਥੇ ਆਏ ਆ ਕੇ ਅਨਾਉਂਸਮੈਂਟ ਕਰ ਗਏ ਵੀ ਅਸੀਂ 300 ਯੂਨਿਟ ਫ੍ਰੀ ਦਵਾਂਗੇ ਜੇ ਇੱਕ ਯੂਨਿਟ ਉੱਤੇ ਹੋ ਗਿਆ ਤੇ ਉਹਦਾ ਬਿੱਲ ਲੱਗੂਗਾ ਮੈਂ ਇਹ ਕਹਿਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਕਿ ਅਸੀਂ ਪੰਜਾਬ ਜਿਹੜੇ ਪੰਜਾਬੀ ਐ ਪੰਜਾਬੀਆਂ ਦੀ ਪਹਿਚਾਨ ਸਾਰੀ ਦੁਨੀਆ ਦੇ ਵਿੱਚ ਅਲੱਗ ਐ ਅਸੀਂ ਮਿਹਨਤ ਤੇ ਕਿਰਤ ਕਰਕੇ ਖਾਣ ਵਾਲੇ ਲੋਕ ਐ ਅਸੀਂ ਉਹ ਲੋਕ ਨਹੀਂ ਵੀ ਅਸੀਂ ਕਿਸੇ ਤੋਂ ਮੰਗਣ ਵਾਲੇ ਐ ਅਸੀਂ ਲੰਗਰ ਲਾਉਣ ਵਾਲੇ ਲੋਕ ਐ ਤੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਇਹੋ ਜਿਹੇ ਝੂਠੇ ਵਾਅਦੇ ਕਰਦੀਆਂ ਨੇ ਇਹ ਸਾਨੂੰ ਪੰਜਾਬੀਆਂ ਨੂੰ ਭਖਾਰੀ ਬਣਾਉਣਾ ਚਾਹੁੰਦੀਆਂ ਤੇ ਸਾਨੂੰ ਇਹਨਾਂ ਤੋਂ ਬਚਣਾ ਚਾਹੀਦਾ ਹੈ ਸਰ ਨਾਲ ਵੱਡੀ ਗੱਲ ਪੰਜਾਬ ਨੂੰ ਜ਼ਰੂਰਤ ਕੀ ਹੈ ਪੰਜਾਬ ਨੂੰ ਜ਼ਰੂਰਤ ਹੈ ਪੰਜਾਬ ਦੀ ਇੰਡਸਟਰੀ ਬਚਾਉਂਦੀ ਅੱਜ ਪੰਜਾਬ ਵਿੱਚ ਬਿਜਲੀ ਸਾਰੀਆਂ ਸਟੇਟਾਂ ਨਾਲੋਂ ਮਹਿੰਗੀ ਹੈ ਆ ਹੁਣ ਮੇਰਾ ਖਿਆਲ ਪਿੱਛੇ ਇਹਨਾਂ ਨੇ ਜਦੋਂ 4-6 ਮਹੀਨੇ ਇਲੈਕਸ਼ਨ 'ਚ ਰਹਿ ਗਏ ਸ਼ਾਇਦ ਮਾੜਾ ਮੋਟਾ ਕੋ ਰੇਟ ਘਟਾਇਆ ਤੇ ਜਿਹੜਾ ਕਿ ਨਾਲ ਦੇ ਸੂਬੇ 'ਚ ਹਿਮਾਚਲ ਔਰ ਹਰਿਆਣੇ 'ਚ ਬਿਜਲੀ ਦਾ ਰੇਟ ਬਹੁਤ ਘਟਿਆ ਸਾਨੂੰ ਫ੍ਰੀ ਚੀਜ਼ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਪੈਸੇ ਲਓ ਮੈਂ ਕਹਿੰਦਾ ਤੁਸੀਂ ਜ਼ਿੰਮੇਵਾਰ ਸਾਡੇ ਕਿਸਾਨ ਭਾਈ ਨੇ ਇਹਨਾਂ ਦੇ ਬਿਜਲੀ ਦੇ ਬਿੱਲ ਵੀ ਲਓ ਪਾਣੀ ਦੇ ਬਿੱਲ ਵੀ ਲਓ ਤੁਸੀਂ ਖਾਦ ਤੇ ਸਬਸਿਡੀ ਦਿੰਨੇ ਉਹ ਦਿਓ ਤੁਸੀਂ ਡੀਜ਼ਲ ਦੇ ਉੱਤੇ 10 ਰੁਪਏ ਰੇਟ ਸਟੇਟ ਗਵਰਨਮੈਂਟ ਘਟਾ ਦੇਵੇ ਜਿਦੇ ਚ ਕਿਸਾਨਾਂ ਨੂੰ ਫਾਇਦਾ ਹੋਣਾ ਔਰ ਜਿਹੜੀਆਂ ਇਹਨਾਂ ਦੀਆਂ ਫਸਲਾਂ ਨੇ فرض ਕੀਤਾ ਕਣਕ ਚੌਲਾਂ ਨੂੰ ਛੱਡ ਕੇ ਮੈਂ ਤਾਂ ਫਿਰ ਸੈਂਟਰਲ ਗਵਰਨਮੈਂਟ ਨੂੰ ਵੀ ਬੇਨਤੀ ਕਰੂੰਗਾ ਵੀ ਆਪਾਂ ਜੇ ਕਣਕ ਔਰ ਝੋਨੇ ਦੀ ਐਮਐਸਪੀ ਦਾ ਟੋਟਲ ਝਾੜ ਦਾ ਟੋਟਲ ਲਾਈਏ ਤਾਂ ਮੇਰਾ ਖਿਆਲੋਂ 35 ਤੋਂ 40 ਹਜ਼ਾਰ ਰੁਪਏ ਏਕੜ ਬਣ ਜਾਂਦਾ ਦੋਨਾਂ ਫਸਲਾਂ ਦਾ ਤੇ ਜੇ ਇਹੀ ਪੈਸਾ ਦੋ ਸ਼ਿਫਟਾਂ ਦੇ ਵਿੱਚ ਕਿਸਾਨਾਂ ਦੇ ਖਾਤੇ 'ਚ ਸਿੱਧਾ ਪਾਇਆ ਜਾਵੇ ਉਹਨਾਂ ਨੂੰ ਕਿਹਾ ਜਾਵੇ ਵੀ ਝੋਨਾ ਜਿਵੇਂ ਦੇਖੋ ਅੱਜ ਪੰਜਾਬ ਦੇ ਵਿੱਚ ਕਈ ਜਗ੍ਹਾ ਇਹ ਜਿਹਆਂ ਨੇ ਜਿੱਥੇ 3-300 ਫੁੱਟ ਤੇ ਸਾਡਾ ਪਾਣੀ ਚਲਿਆ ਗਿਆ ਦਰਖਤ ਸਾਡੇ ਵੱਢੇ ਗਏ ਕਿਉਂਕਿ ਸੜਕਾਂ ਬਾਈਪਾਸ ਬਣਨੇ ਸੀ ਉੱਥੇ ਸਾਰੇ ਦਰਖਤ ਕੱਟਿਆ ਗਿਆ ਵਾਤਾਵਰਨ ਸਾਡਾ ਖਰਾਬ ਹੋ ਰਿਹਾ ਹੈ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਦੇਕ ਹੀ ਰਹੇ ਹਾਂ ਜੇ ਇਸੇ ਤਰ੍ਹਾਂ 10 ਸਾਲ ਹੋਰ ਝੋਨਾ ਬੀਜਦੇ ਰਹਾਂਗੇ ਤਾਂ ਮੇਰਾ ਖਿਆਲ ਪਾਣੀ ਦਾ ਲੈਵਲ ਬਹੁਤ ਥੱਲੇ ਚਲੇ ਜਾਊਗਾ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜ਼ੋਨਿੰਗ ਕਰਨ ਜਿੱਥੇ ਪਾਣੀ ਦਾ ਲੈਵਲ ਉੱਚਾ ਦਰਿਆ ਦੇ ਆਲੇ-ਦੁਆਲੇ ਉਸ ਜ਼ਮੀਨਾਂ ਦੇ ਵਿੱਚ ਝੋਨਾ ਬੀਜਿਆ ਜਾਵੇ ਕਿਉਂਕਿ ਝੋਨਾ ਇੱਕਦਮ ਬੈਨ ਨਹੀਂ ਕੀਤਾ ਜਾ ਸਕਦਾ ਇਹਦੇ ਨਾਲ ਸ਼ੈੱਲਰ ਵੀ ਇਫੈਕਟਡ ਹੁੰਦੇ ਜੇ ਇੱਕਦਮ ਫਸਲ ਫਸਲ ਨੂੰ ਬੰਦ ਕਰਦੇ ਆ ਜਿੱਤੇ ਤੱਕ ਜਿਹੜੇ ਇਹਨਾਂ ਦੇ ਐਮ ਐਸ ਪੀ ਦੇ ਪੈਸੇ ਸੈਂਟਰਲ ਗਵਰਨਮੈਂਟ ਦਿੰਦੀ ਹੈ ਜੋ ਦੋ ਸ਼ਿਫਟਾਂ 'ਚ ਉਹਨਾਂ ਦੇ ਪਿਛਲਾ ਗਰਦਾਵਰੀਆਂ ਨੂੰ ਦੇਖ ਕੇ ਉਹਨਾਂ ਦੇ ਖਾਤਿਆਂ ਦੇ ਵਿੱਚ ਸਿੱਧਾ ਪਾਇਆ ਜਾਵੇ ਔਰ ਇਹਨਾਂ ਨੂੰ ਕਿਹਾ ਜਾਵੇ ਮੱਕੀ, ਦਾਲਾਂ, ਸਬਜ਼ੀਆਂ ਤੁਸੀਂ ਇਹਨਾਂ ਨੂੰ ਡਾਈਵਰਸ ਕਰੋ ਇਸ ਫਸਲਾਂ ਦੇ ਉੱਤੋਂ ਤਾਂ ਕਿ ਸਾਡਾ ਕਿਸਾਨ ਵੀ ਅਮੀਰ ਹੋਵੇ, ਖੁਸ਼ਹਾਲ ਹੋਵੇ, ਇਹਨਾਂ ਦੇ ਬੱਚੇ ਜਿਹੜੇ ਅੱਜ ਪਿੰਡਾਂ ਦੇ ਵਿੱਚੋਂ ਛੋਟੇ ਜ਼ਿਮੀਂਦਾਰ ਜੀ ਦੇ ਕੋਲ 5-7-10 ਏਕੜ ਜ਼ਮੀਨ ਹੈ, ਚਾਹੇ ਕਿਸੇ ਕੋਲ 50 ਏਕੜ ਜ਼ਮੀਨ ਵੱਡਾ ਜ਼ਿਮੀਂਦਾਰ ਵੀ ਆ ਜਿਹੜੇ ਉਹਨਾਂ ਦੇ ਬੱਚੇ ਬਾਹਰ ਕੈਨੇਡਾ, ਆਸਟ੍ਰੇਲੀਆ 'ਚ ਭੱਜ ਰਹੇ ਐ ਤੇ ਇਹ ਨਾ ਭੱਜਣ ਸਾਡਾ ਪੰਜਾਬ ਉਹੀ ਪੰਜ ਦਰਿਆਵਾਂ ਦੀ ਧਰਤੀ ਜਿਹਨੂੰ ਮਸ਼ਹੂਰ ਸੀ ਪਾਣੀ ਦੇ ਹਵਾ ਦੇ ਖਾਣ ਪੀਣ ਦੇ ਉੱਤੇ ਤੇ ਅੱਜ ਦੇਖੋ ਤੁਸੀਂ ਸਾਡਾ ਹਾਲ ਕਿਵੇਂ ਹੈ 2022 ਦੀਆਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਤੁਸੀਂ ਭਾਜਪਾ ਦਾ ਪੰਜਾਬ 'ਚ ਕੀ ਸਿਨੈਰੀਓ ਦੇਖਦੇ ਹੋ ਦੇਖੋ ਮੈਂ ਫੇਰ ਇਹ ਗੱਲ ਕਹਿੰਨਾ ਹੈ ਵੀ ਸਰਕਾਰ ਚੋਣਾਂ ਇੱਕ ਲੋਕਤੰਤਰ ਦੀ ਗੱਲ ਹੈ ਵੀ ਲੋਕ ਕਿਹਨੂੰ ਪਸੰਦ ਕਰਦੇ ਆ ਉਹ ਭਾਰਤੀ ਜਨਤਾ ਪਾਰਟੀ ਨੂੰ ਕਰਨ ਉਹ ਅਕਾਲੀ ਦਲ ਬੀਐਸਪੀ ਨੂੰ ਕਰਨ ਉਹ ਕਾਂਗਰਸ ਨੂੰ ਕਰਨ ਉਹ ਆਮ ਆਦਮੀ ਨੂੰ ਕਰਨ ਪਰ ਪੰਜਾਬੀ ਉਸ ਨੂੰ ਕਰਨ ਜਿਹੜਾ ਜਿਹਦੇ ਤੇ ਪੰਜਾਬੀ ਵਿਸ਼ਵਾਸ ਕਰ ਸਕਦੇ ਆ ਜਿਹੜੇ ਜਿਹੜੀ ਪਾਰਟੀ ਮੁਕਤ ਦੇਣ ਦੀਆਂ ਗੱਲਾਂ ਕਰਦੀ ਹੈ ਉਹ ਕੰਨ ਸੱਜੇ ਪਾਸੇ ਨਹੀਂ ਫੜਿਆ ਕੱਬੇ ਪਾਸੇ ਫੜਿਆ ਹੱਥ ਚ ਕਾਨੀ ਐ ਉਹ ਸਾਡੇ ਪੈਸੇ ਸਾਨੂੰ ਮੁਕਤ ਦੇ ਕੇ ਸਿਰਫ ਮੁਕਤ ਦਾ ਨਾਰਾ ਲਾ ਕੇ ਸਾਨੂੰ ਗਮਰਾਹ ਕਰਦੇ ਐ ਇਤੋਂ ਵੱਡੀ ਕੋਈ ਗੱਲ ਨਹੀਂ ਜਿਹੜੇ ਕਿਸਾਨ ਨੇ ਜਾਂ ਕਿਸਾਨੀ ਨਾਲ ਜੁੜੇ ਹੋਏ ਪੰਜਾਬ ਦਾ ਵਰਗ ਹੈ ਉਹ ਭਾਜਪਾ ਤੇ ਭਾਜਪਾ ਤੇ ਲੀਡਰ ਨੇ ਉਹਨਾਂ ਨਾਲ ਨਾਰਾਜ਼ ਚੱਲ ਰਿਹਾ ਹੈ ਉਹ ਨਾਰਾਜ਼ਗੀ ਕਿਵੇਂ ਦੂਰ ਕਰੋਗੇ ਉਹਨਾਂ ਦੀ ਨਾਰਾਜ਼ਗੀ ਬਿਲਕੁਲ ਜਾਇਜ਼ ਹੈ ਕਿਸਾਨਾਂ ਦੀ ਨਾਰਾਜ਼ਗੀ ਬਿਲਕੁਲ ਜਾਇਜ਼ ਹੈ ਔਰ ਮੈਂ ਕਹਿਣਾ ਵੀ ਕਿਸਾਨਾਂ ਦੇ ਨਾਲ ਰਾਜਨੀਤੀ ਬਿਲਕੁਲ ਨਹੀਂ ਹੋਣੀ ਚਾਹੀਦੀ ਜਿਹੜੇ ਲੋਕ ਕਿਸਾਨਾਂ ਦੇ ਨਾਲ ਰਾਜਨੀਤੀ ਕਰ ਰਹੇ ਨੇ ਚਾਹੇ ਉਹ ਪੋਲਿਟੀਕਲ ਪਾਰਟੀਆਂ ਨੇ ਚਾਹੇ ਉਹ ਕਿਸਾਨ ਜਥੇਬੰਦੀਆਂ ਦੇ ਵਿੱਚ ਕੁਝ ਲੋ ਸਾਰੇ ਨਹੀਂ ਕੁਝ ਲੋ ਜਿਹੜੇ ਉਹਨਾਂ ਉਹਨਾਂ ਦੇ ਨਾਲ ਰਾਜਨੀਤੀ ਕਰ ਰਹੇ ਨੇ ਇਹ ਮੈਂ ਸਮਝਦਾ ਕਿ ਉਹ ਰਾਜਨੀਤੀ ਕਿਸਾਨਾਂ ਨਾਲ ਨਹੀਂ ਹੋ ਰਹੀ ਉਹ ਰਾਜਨੀਤੀ ਆਪਣੇ ਬੱਚਿਆਂ ਨਾਲ ਅਸੀਂ ਕਰ ਰਹੇ ਹਾਂ ਆਪਣੇ ਪਰਿਵਾਰਾਂ ਨਾਲ ਰਾਜਨੀਤੀ ਕਰ ਰਹੇ ਹਨ ਲੇਕਿਨ ਬੀਜੇਪੀ ਦੇ ਹੀ ਕਈ ਅਲੱਗ-ਅਲੱਗ ਜ਼ਿਲ੍ਹਿਆਂ ਦੇ ਸੀਨੀਅਰ ਜਿਹੇ ਲੀਡਰ ਨੇ ਉਹ ਵੀ ਹੁਣ ਥੋੜਾ ਜਿਹਾ ਬੀਜੇਪੀ ਦੇ ਖਿਲਾਫ ਬੋਲਣ ਲੱਗੇ ਨੇ ਉਹਨਾਂ ਬਾਰੇ ਕੀ ਕਹਿੰਦੇ ਹੋ ਦੇਖੋ ਬੀਜੇਪੀ ਦੇ ਖਿਲਾਫ ਨਹੀਂ ਬੋਲ ਰਹੇ ਮੈਂ ਵੀ ਪਿੱਛੇ ਆਪਣੀਆਂ ਇੰਟਰਵਿਊ ਚ ਕਿਹਾ ਤੇ ਹੋਰ ਵੀ ਕਈ ਪੰਜਾਬ ਦੇ ਲੀਡਰਾਂ ਨੇ ਕਿਹਾ ਅਸੀਂ ਖਿਲਾਫ ਨਹੀਂ ਬੋਲ ਰਹੇ ਬੀਜੇਪੀ ਦੇ ਅਸੀਂ ਬੀਜੇਪੀ ਦਾ ਵਿਰੋਧ ਨਹੀਂ ਕਰ ਰਹੇ ਪਰ ਜੇ ਪੰਜਾਬ ਦੀ ਗੱਲ ਕਰਨੀ ਪੰਜਾਬੀਅਤ ਦੀ ਗੱਲ ਕਰਨੀ ਪੰਜਾਬ ਦੀ ਇੰਡਸਟਰੀ ਨੂੰ ਬਚਾਉਣ ਦੀ ਗੱਲ ਕਰਨੀ ਪੰਜਾਬ ਦੇ ਭਾਈਚਾਰੇ ਨੂੰ ਬਚਾਉਣ ਦੀ ਗੱਲ ਕਰਨੀ ਪੰਜਾਬ ਦੇ ਨੌਜਵਾਨ ਨੂੰ ਬਚਾਉਣ ਦੀ ਗੱਲ ਕਰਨੀ ਜੇ ਭਾਰਤੀ ਜਨਤਾ ਪਾਰਟੀ ਦਾ ਵਜੂਦ ਨੂੰ ਬਚਾਉਣ ਦੀ ਗੱਲ ਕਰਨੀ ਜੇ ਇਹ ਨੂੰ ਕੋਈ ਖਿਲਾਫ ਸਮਝਦਾ ਤਾਂ ਬਹੁਤ ਉਹਦੀ ਆਪਦੀ ਖੁਸ਼ੀ ਹੈ ਪਰ ਅਸੀਂ ਜੋ ਕੁਝ ਕਰ ਰਹੇ ਹਾਂ ਭਾਰਤੀ ਜਨਤਾ ਪਾਰਟੀ ਦਾ ਵਜੂਦ ਵਧਾਉਣ ਦੇ ਲਈ ਕਰ ਰਹੇ ਹਾਂ ਤੇ ਤੁਹਾਡੇ ਭਾਰਤ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਵੀ ਨੇ ਤੇ ਸਾਬਕਾ ਮੰਤਰੀ ਵੀਰੇ ਨੇ ਅਨਿਲ ਜੋਸ਼ੀ ਉਹ ਵੀ ਹੁਣ ਸੁਣਨ ਚ ਆ ਰਿਹਾ ਸੂਤਰਾਂ ਤੋਂ ਕਿ ਸ਼ਾਇਦ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਆ ਇਹਦੇ ਬਾਰੇ ਕੀ ਕਹਿੰਨੇ ਹੋ ਦੇਖੋ ਜਿਹੜੇ ਕਮਜ਼ੋਰ ਲੀਡਰ ਹੁੰਦੇ ਨੇ ਨਾ ਕਮਜ਼ੋਰ ਲੀਡਰ ਤਾਕਤਵਰ ਲੀਡਰਾਂ ਦੇ ਬਾਰੇ ਐਸੀਆਂ ਫਾਹਮਾ ਉਡਾਉਂਦੇ ਰਹਿੰਦੇ ਆ ਇਹ ਇਕੱਲੇ ਅਨਲ ਸ਼ੁਸ਼ੀ ਬਾਰੇ ਨਹੀਂ ਇਹ ਮੇਰੇ ਬਾਰੇ ਵੀ ਰਜੀਵ ਕਤਰਾ ਜੀ ਨੂੰ ਬਾਹਰ ਕੱਢਤਾ ਉਹਨਾਂ ਬਾਰੇ ਵੀ ਆਰਡੀ ਸ਼ਰਮਾ ਬਾਰੇ ਵੀ ਕੇਡੀ ਭਨਾਰੀ ਬਾਰੇ ਵੀ ਹੋਰ ਵੀ ਪੰਜਾਬ ਦੇ ਜਿਹੜੇ ਕੁਝ ਆਪ ਦੇ ਆਪ ਦਾ ਵਜੂਦ ਲੋਕ ਰੱਖਦੇ ਨੇ ਉਹਨਾਂ ਦੇ ਬਾਰੇ ਸਾਡੇ ਉਹ ਕਮਜ਼ੋਰ ਲੀਡਰ ਉਹਨਾਂ ਦੇ ਬਾਰੇ ਐਸੀਆਂ ਫਰਮਾਂ ਉਡਾਉਂਦੇ ਰਹਿੰਦੇ ਐ ਕਿ ਇਹਨਾਂ ਨੇ ਪਾਰਟੀ ਛੱਡ ਕੇ ਚਲੇ ਜਾਣਾ ਅਸੀਂ ਕਿਤੇ ਨਹੀਂ ਜਾਣਾ ਅਸੀਂ ਭਾਰਤੀ ਜਨਤਾ ਪਾਰਟੀ ਚਾ ਸਾਨੂੰ ਕਿਸੇ ਅਹੁਦੇ ਦੀ ਲੋੜ ਨਹੀਂ ਸਾਨੂੰ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਅਸੀਂ ਭਾਰਤੀ ਜਨਤਾ ਪਾਰਟੀ ਦੀ ਸੇਵਾ ਕਰਦੇ ਆਂ ਸੇਵਾ ਕਰਦੇ ਰਾਂਗੇ ਜੇ ਜਾਣਾ ਹੋਵੇ ਨਾ ਕਿਤੇ ਜਿਸ ਕਿਸੇ ਬੰਦੇ ਨੇ ਉਹ ਪਹਿਲਾਂ ਪਾਰਟੀ ਛੱਡਦਾ ਤੇ ਫਿਰ ਚਲੇ ਜਾਂਦਾ ਉੱਥੇ ਜਾਣ ਲਈ ਕੋਈ ਗਰਾਊਂਡ ਬਣਾਉਣ ਦੀ ਲੋੜ ਨਹੀਂ ਇਹ ਤਾਂ ਜਿਹੜੀ ਗਰਾਊਂਡ ਹੈ ਇਹ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰਨ ਦੀਆਂ ਗੱਲਾਂ ਨੇ ਤੇ ਜੇ ਮਜਬੂਤ ਕਰਨ ਦੀ ਗੱਲ ਨੂੰ ਕੋਈ ਇਹੋ ਜਿਹੀ ਅਫਵਾਹ ਡੋਂਦਾ ਤੇ ਮੈਂ ਸਮਝਦਾ ਹਾਂ ਭਾਰਤੀ ਜਨਤਾ ਪਾਰਟੀ ਦਾ ਉਸ ਤੋਂ ਵੱਡਾ ਦੁਸ਼ਮਣ ਕੋਈ ਨਹੀਂ ਹੋ ਸਕਦਾ ਕਿਉਂਕਿ ਲੋਕਾਂ ਵਿੱਚ ਗੱਲਾਂ ਹੋ ਰਹੀਆਂ ਨੇ ਅਫਵਾਹ ਚੱਲ ਰਹੀ ਹੈ ਕਿ ਜਿਹੜੇ ਕਮਲ ਚੇਟਲੀ ਨੇ ਸੀਨੀਅਰ ਲੀਡਰ ਲੁਧਿਆਣੇ ਤੋਂ ਤੇ ਇਹ ਵੀ ਅਨਿਲ ਜੋਸ਼ੀ ਦੇ ਨਾਲ ਚੰਗੇ ਦੋਸਤਾਨਾ ਸਬੰਧ ਰੱਖਦੇ ਆ ਤੇ ਜੇ ਅਨਿਲ ਜੋਸ਼ੀ ਕੀਤੇ ਪਾਰਟੀ ਬਦਲਣ ਬਾਰੇ ਸੋਚ ਸਕਦੇ ਆ ਤਾਂ ਕਮਲ ਚੇਟਲੀ ਵੀ ਸੋਚ ਸਕਦੇ ਆ ਇਹ ਕਿੰਨੀ ਸੱਚਾਈ ਹੈ ਅਨਲ ਜੋਸ਼ੀ ਮੇਰਾ ਵੱਡਾ ਭਰਾਵਾ ਮੇਰਾ ਅੱਛਾ ਮਿੱਤਰ ਹੈ ਅਸੀਂ ਯੂਵਾ ਮੋਰਚਾ ਮੇਲੇ ਦੇ ਇਕੱਠੇ ਕੰਮ ਕਰਦੇ ਆਏ ਮੇਰਾ ਖਿਆਲ ਨਹੀਂ ਵੀ ਅਨਲ ਜੋ ਨਾ ਮੈਂ ਜਾਮਾ ਨਾ ਕੋਈ ਆਡੀ ਸ਼ਰਮਾ ਜਾਵੇ ਨਾ ਕੋਈ ਹੋਰ ਜਾਵੇ ਇਹ ਸਿਰਫ ਕਮਜ਼ੋਰ ਬੰਦੇ ਸਾਡੇ ਤੇ ਇਲਜ਼ਾਮ ਲਾਉਂਦੇ ਆ ਲਾਈਜਨ ਸਾਨੂੰ ਸਾਡੀ ਸਿਹਤ ਤੇ ਕੋਈ ਅਸਰ ਨਹੀਂ ਅਸੀਂ ਭਾਰਤੀ ਜਨਤਾ ਪਾਰਟੀ ਚਾ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਕਹਿੰਦੇ ਆ ਜਿੰਦਾਬਾਦ ਕਾ ਕੇ ਇਸ ਗੱਲ ਦਾ ਸਾਡੇ ਦਿਮਾਗ ਤੇ ਕੋਈ ਬੋਝ ਨਹੀਂ ਹੈ ਹਾਂ ਜਿਹੜੇ ਲੋਕ ਜਿਹੜੇ ਅੱਜ ਗਨਮੈਨਾਂ ਦੇ ਚੱਕਰ ਦੇ ਵਿੱਚ ਆਪਦੀ ਸਿਕਿਉਰਿਟੀ ਲਾਈਨ ਦੇ ਚੱਕਰ ਦੇ ਵਿੱਚ ਤੇ ਜਿਹੜੇ ਪੁੱਠੀਆਂ ਸਿੱਧੀਆਂ ਸਲਾਹਾਂ ਪਾਰਟੀ ਨੂੰ ਦਿੰਦੇ ਆ ਉਹਨਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਮੈਂ ਗਰੰਟੀ ਕਰ ਦਿੰਦਾ ਭਾਤਨਗਰ ਚੌਂਕ 'ਚ ਉਹਨਾਂ ਨੂੰ ਇੱਕ ਪਾਸੇ ਖੜਾ ਲਓ ਇੱਕ ਪਾਸੇ ਸਾਨੂੰ ਖੜਾ ਲਓ ਗੱਲਬਾਤ ਨਾਲੋਂ ਲਾ ਦਿਓ ਤੇ ਫਿਰ ਦੇਖੋ ਵੀ ਸ਼ਾਮ ਤੱਕ ਸਾਨੂੰ ਕਿੰਨੇ ਬੰਦੇ ਹੱਥ ਮਾਰ ਕੇ ਜਾਂਦੇ ਤੇ ਉਹਨਾਂ ਨੂੰ ਕਿੰਨੇ ਮਾਰ ਕੇ ਜਾਂਦੇ ਆ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਐਸੇ ਲੋਕ ਪਾਰਟੀ ਨੂੰ ਅੱਜ ਅੱਜ ਭਾਰਤੀ ਜਨਤਾ ਪਾਰਟੀ ਦੇ ਨਾਲੋਂ ਸਾਡਾ ਵਰਕਰ ਨਿਰਾਸ਼ ਕਿਉਂ ਹੋਇਆ ਇਹ ਸੋਚਣ ਵਾਲੀ ਗੱਲ ਹੈ ਸਾਡੇ ਨਾਲੋਂ ਲੋਕ ਪਿੱਛੇ ਕਿਉਂ ਹਟੇ ਇਹ ਸੋਚਣ ਵਾਲੀ ਗੱਲ ਹੈ ਜੇ ਜਿਸੀ ਉਹਨਾਂ ਨੂੰ ਅੱਗੇ ਲਿਜਾਣ ਦੀ ਗੱਲ ਕਰਦੇ ਆਂ ਜੇ ਅਸੀਂ ਲੋਕਾਂ ਦੇ ਦੁੱਖ ਦਰਦ ਦੀ ਗੱਲ ਕਰਦੇ ਆਂ ਇਹਦਾ ਮਤਲਬ ਇਹ ਨਹੀਂ ਅਸੀਂ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਚਲੇ ਜਾਵਾਂਗੇ ਜਾਂ ਕਿਸੇ ਹੋਰ ਪਾਰਟੀ ਚਲੇ ਜਾਵਾਂਗੇ ਅਸੀਂ ਭਾਰਤੀ ਜਨਤਾ ਪਾਰਟੀ ਚ ਰਹਾਂਗੇ ਪੰਜਾਬ ਸਰਕਾਰ ਨੂੰ ਪੁੱਛੋ ਜੇ ਤਰਸ ਦੇ ਆਧਾਰ ਤੇ ਤੁਸੀਂ ਨੌਕਰੀਆਂ ਦੇਣੀਆਂ ਜਿਹੜੇ ਪੁਲਿਸ ਦੇ ਵਿੱਚ ਸ਼ਹੀਦ ਹੁੰਦੇ ਆ ਜਿਹੜੇ ਆਰਮੀ ਦੇ ਵਿੱਚ ਸ਼ਹੀਦ ਹੁੰਦੇ ਨੇ ਉਹਨਾਂ ਦੇ ਬੱਚਿਆਂ ਨੂੰ ਕਿਉਂ ਨਹੀਂ ਦਿੰਦੇ ਨੌਕਰੀਆਂ ਤਰਸ ਦਾ ਆਧਾਰ ਸਿਰਫ ਪੋਲੀਟੀਕਲ ਆਦਮੀ ਆ ਪੋਲੀਟਿਕਲ ਬੰਦਾ ਇੱਕ ਵਾਰੀ ਐਮਐਲਏ ਬਣ ਜੂ ਨੂੰ ਪੈਨਸ਼ਨ ਮਿਲਦੀ ਹੈ ਪੈਨਸ਼ਨ ਕਿਸ ਚੀਜ਼ ਦੀ ਜੇ ਤੁਸੀਂ ਲੋਕ ਸੇਵਾ ਕਰਦੇ ਹੋ ਤਾਂ ਕਿਸ ਚੀਜ਼ ਦੀ ਪੈਨਸ਼ਨ ਸਭ ਤੋਂ ਪਹਿਲਾਂ ਇਹਨਾਂ ਦੀਆਂ ਪੈਨਸ਼ਨਾਂ ਬੰਦ ਕਰ ਦੇਣੀਆਂ ਚਾਹੀਦੀਆਂ ਚਾਹੇ ਕੌਂਸਲਰ ਹੈ ਚਾਹੇ ਐਮਐਲਏ ਹੈ ਚਾਹੇ ਮੈਂਬਰ ਪਾਰਲੀਮੈਂਟ ਹੈ ਤੇ ਜੇ ਕੋਈ ਸੇਵਾ ਕਰਨੀ ਚਾਹੁੰਦਾ ਹੈ ਤੇ ਉਹ ਆਪ ਦੇ ਬਲ ਬੁੱਤੇ ਤੇ ਸੇਵਾ ਕਰੇ ਸਰਕਾਰ ਤੋਂ ਕਿਸ ਚੀਜ਼ ਦੀ ਤੁਸੀ ਕੋਈ ਤਨਖਾਹ ਨਹੀਂ ਚਾਹੀਦੀ ਕੋਈ ਇਹਨਾਂ ਦੀ ਪੈਨਸ਼ਨ ਨਹੀਂ ਚਾਹੀਦੀ ਕੋਈ ਇਹਨਾਂ ਨੂੰ ਪੈਟਰੋਲ ਦਾ ਖਰਚਾ ਨਹੀਂ ਚਾਹੀਦਾ ਕੋਈ ਇਹਨਾਂ ਨੂੰ ਸਰਕਾਰੀ ਗਨਮੈਨ ਨਹੀਂ ਚਾਹੀਦੇ ਜਿਹਦੇ ਕੋਲੇ ਜਿੰਨੇ ਜਿੰਨੇ ਗਨਮੈਨਾਂ ਨੂੰ ਕਾ ਆਪਣੀ ਤਨ ਨਾਲੇ ਨੌਜਵਾਨ ਮੁੰਡਿਆਂ ਨੂੰ ਰੋਜ਼ਗਾਰ ਮਿਲੂਗਾ। ਇਹੀ ਪੁਲਸ ਲਾਅ ਐਂਡ ਆਰਡਰ ਦੇ ਉੱਤੇ ਲਾਈ ਹੋਵੇ ਤੇ ਪੰਜਾਬ ਦੇ ਵਿੱਚ ਜਿਹੜਾ ਲਾਅ ਐਂਡ ਆਰਡਰ ਹੈ ਤੇ ਉਹ ਵੀ ਮਜ਼ਬੂਤ ਹੋਊਗਾ। ਕ੍ਰਾਈਮ ਵੀ ਘਟੂਗਾ, ਗੁੰਡਾਗਰਦੀ ਵੀ ਘਟੂਗੀ ਤੇ ਨਾਲੇ ਜਿਹੜੇ ਲੋਕ ਸਟੇਟਸ ਸਿੰਬਲ ਦੇ ਲਈ ਆਪਦੇ 10-10, 15-15, 20-20 ਗਨਮੈਨ ਅੱਗੇ ਪਿੱਛੇ ਲਾਏ ਨੇ ਤੇ ਜਿਨ੍ਹਾਂ ਦਾ ਲੱਖਾਂ ਰੁਪਏ ਮਹੀਨੇ ਦਾ ਖਰਚਾ ਹੈ ਤੇ ਉਹ ਵੀ ਬੰਦ ਹੋ ਜਾਊਗਾ। ਉਹ ਪੈਸਾ ਬਚੂਗਾ ਔਰ ਇਹ ਸਟਾਫ ਸਾਰਾ ਟ੍ਰੈਫਿਕ ਕੰਟਰੋਲ ਤੇ ਲਾਅ ਐਂਡ ਆਰਡਰ ਦੇ ਉੱਤੇ ਚੱਲੂਗਾ। ਮੇਰਾ ਤਾਂ ਇੰਨੇ ਹੀ। ਸੋ ਬੜੀ ਵਧੀਆ ਗੱਲਬਾਤ ਕੀਤੀ ਹੈ ਬੜੇ ਵਧੀਆ ਆਪਣੇ ਵਿਚਾਰ ਰੱਖੇ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ politcal system ਵਿੱਚ ਹੁਣ ਚੇਂਜ ਦੀ ਲੋੜ ਹੈ ਕਿ ਕਿਸ ਤਰ੍ਹਾਂ ਪੈਨਸ਼ਨਾਂ ਲੈ ਕੇ ਹਜ਼ਾਰਾਂ ਲੱਖਾਂ ਵਿੱਚ ਤਨਖਾਹਾਂ ਲੈ ਕੇ ਤੇ ਪੁਲਿਸ ਦੇ ਗਨਮੈਨ ਨਾਲ ਰੱਖ ਕੇ ਤੇ ਸਰਕਾਰੀ ਜ਼ਿਲ੍ਹਾ ਡਿਪਾਰਟਮੈਂਟ ਉੱਤੇ ਰੈਵਨਿਊ ਤੇ ਕਿੰਨਾ ਜ਼ਿਆਦਾ ਖਰਚਾ ਪਾਇਆ ਜਾ ਰਿਹਾ ਕਿੰਨਾ ਜ਼ਿਆਦਾ ਬੋਝ ਪਾਇਆ ਜਾ ਰਿਹਾ ਸੋ ਕਾਫੀ ਡੀਪ ਗੱਲਾਂ ਹੋਈਆਂ ਨੇ ਅੱਜ ਬੀਜੇਪੀ ਦੇ ਸੀਨੀਅਰ ਲੀਡਰ ਕਮਲ ਚੇਟਲੀ ਨਾਲ ਤੇ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਚੰਗੀ ਸੋਚ ਲੈ ਕੇ ਹੋਰ ਵੀ ਲੀਡਰ ਆਉਣਗੇ ਫਿਲਹਾਲ ਉਹਨਾਂ ਨੇ ਇਹੀ ਕਿਹਾ ਕਿ ਮੈਂ ਬੀਜੇਪੀ ਦੇ ਵਿੱਚ ਹੀ ਜੀਪੀ ਦੇ ਨਾਲ ਹੀ ਰਹੂੰਗਾ ਤੇ ਪਾਰਟੀ ਬਦਲਣ ਦਾ ਜਾਂ ਪਾਰਟੀ ਛੱਡਣ ਦਾ ਜਾਂ ਕਿਸੇ ਵੀ ਤਰ੍ਹਾਂ ਦਾ ਫਵਾਦ ਸੱਚ ਹੋਣ ਦਾ ਹਲੇ ਸਵਾਲ ਹੀ ਪੈਦਾ ਨਹੀਂ ਹੁੰਦਾ ਸੋ ਮੈਨੂੰ ਯਾਨੀ ਨਾਫਪਰੀ ਸਿੰਘ 베ਦੀ ਨੂੰ ਦੋ ਇਜ਼ਾਦਤ ਤੁਸੀਂ ਬਣੀ ਰਹੋ ਦਾ ਸਮਰ ਨਿਊਜ਼ ਦੇ ਨਾਲ ਤੁਹਾਨੂੰ ਐਦਾਂ ਹੀ ਅਸੀਂ ਹੋਰ ਅਲੱਗ-ਅਲੱਗ ਸਚਿਤਾ ਨਾਲ ਮਲਾਵਾਂਗੇ ਤੇ ਜਾਣੂ ਕਰਵਾਵਾਂਗੇ ਕਿ ਆਉਣ ਵਾਲਾ ਪੋਲਿਟਿਕਲ ਸਿਸਟਮ ਹੈ ਜਿਹੜਾ ਜਾਂ ਆਉਣ ਵਾਲੀ ਰਾਜਨੀਤੀ ਹੈ ਉਹ ਕੀ ਹੋਰ ਨਵੇਂ ਰੂਪ ਲੈ ਕੇ ਆਉਂਦੀ ਹੈ ਕੈਮਰਾਮੈਨ ਅਮਿਤ ਕੁਮਾਰ ਪਾਠਕ ਦੇ ਨਾਲ ਫਿਰ ਦੁਬਾਰਾ ਨਾਫਪਰੀ ਸਿੰਘ 베ਦੀ ਦਾ ਸਮਰ ਨਿਊਜ਼ ਲੀਕ